ਆ ਪੀਲੇ ਰੰਗ ਦਾ ਦੁਆਣਾ ਕਿੰਨੇ ਕਿੰਨੇ ਖਾਧਾ ਜੀ, ਇਹਦੇ ਬਾਰੇ ਚਾਨਣਾ ਜ਼ਰੂਰ ਪਾਇਓ। ਦੇਖੋ ਇਹ ਪੀਲੇ ਰੰਗ ਦਾ ਦੁਆਣਾ ਆਪਣੇ ਫਾਰਮ 'ਤੇ ਲੱਗਾ ਹੋਇਆ ਜੀ, ਅਤੇ ਤੜਾਈ ਲਈ ਬਿਲਕੁਲ ਤਿਆਰ ਹੈ। ਦੇਖੋ ਇਹ ਪੀਸ, ਦੇਖੋ ਸਾਰੀਆਂ ਵਿੱਚ ਤੁਸੀਂ ਦੇਖੋ ਤੁਹਾਨੂੰ ਪੀਲੇ ਪੀਲੇ ਨਜ਼ਰ ਆਉਣਗੇ। ਕਿੰਨੇ ਕਿੰਨੇ ਇਹ ਦੁਆਣਾ ਜਿਹੜਾ ਪੀਲੇ ਰੰਗ ਵਾਲਾ ਖਾਧਾ ਹੋਇਆ, ਜਿਹਨੂੰ ਮਤੀਰਾ ਵੀ ਕਹਿ ਦਿੰਦੇ ਆਪਣੇ ਇੰਗਲਿਸ਼, ਵਾਟਰਮੈਲਨ ਕਹਿੰਦੇ ਆ, ਅਤੇ ਇਹਦਾ ਟੇਸਟ ਬਹੁਤ ਸ਼ਾਨਦਾਰ ਹੁੰਦਾ ਜੀ। ਆਪਣੇ ਕੋਲ ਕਾਫੀ ਵਰਾਇਟੀਆਂ ਲੱਗੀਆਂ ਹੋਈਆਂ, ਇਹ ਲੱਗਾ ਹੋਇਆ ਜੀ, ਉੱਧਰ ਆਪਣੇ ਕੋਲ ਜੰਨਤ ਵਰਾਇਟੀ ਲੱਗੀ ਹੋਈ ਆ, ਐਡਾ ਜਿਹੜਾ 2.5-3 ਕਿਲੋ ਵਾਲਾ ਸਾਈਜ਼ ਬਣਦਾ। ਇੱਕ ਵਰਾਇਟੀ ਤੁਹਾਨੂੰ ਮੈਂ ਹੋਰ ਦਿਖਾਉਣਾ ਜੀ, ਉਹ ਵੀ ਆਪਣੇ ਕੋਲ ਲੱਗੀ ਹੋਈ ਆ, ਇਹ ਪੀਲੇ ਤੋਂ ਬਾਅਦ ਅੱਗੇ ਉਹ ਵਰਾਇਟੀ ਸ਼ੁਰੂ ਹੋਣੀ ਆ, ਬਟ ਥੋੜ੍ਹੀ ਲਾਈ ਆਪਾਂ, ਜ਼ਿਆਦਾ ਨਹੀਂ ਲਾਈ। ਇਹ ਪੀਲਾ ਦੁਆਣਾ ਦੇਖੋ ਜੀ, ਤੁਸੀਂ ਖੇਲਾਂ ਭਰੀਆਂ ਮਿਲਣਗੀਆਂ ਤੁਹਾਨੂੰ, ਹੋ ਸਕਦਾ ਕੈਮਰੇ 'ਚ ਕਲੀਅਰ ਨਾ ਦਿਖਦਾ ਹੋਵੇ। ਅਤੇ ਦੂਜੀ ਵਰਾਇਟੀ ਮੈਂ ਹੋਰ ਦਿਖਾਉਣਾ ਜੀ ਤੁਹਾਨੂੰ, ਵੇਖਣ ਦੇ ਵਿੱਚ ਇਹ ਆਮ ਜਿਹਾ ਲੱਗਦਾ ਜੀ, ਵੀ ਆਮ ਹੀ ਪਿਆ, ਪਰ ਇਹ ਦੁਆਣਾ ਅੰਦਰੋਂ ਪੀਲਾ ਹੈ ਜੀ, ਬਿਲਕੁਲ ਪੀਲਾ ਹੁੰਦਾ ਜੀ, ਖੱਟੇ ਰੰਗ ਦਾ ਨਿਕਲੂਗਾ ਅੰਦਰੋਂ। ਜਦੋਂ ਇਹਦੀ ਤੜਾਈ ਕਰਾਂਗੇ, ਕਟਿੰਗ ਕਰਾਂਗੇ, ਤਾਂ ਤੁਹਾਨੂੰ ਕਟਿੰਗ ਕਰਕੇ ਦਿਖਾ ਲਾਂਗੇ ਵੀ ਕਿਹੋ ਜਿਹਾ ਨਿਕਲਦਾ ਜੀ ਇਹ ਦੁਆਣਾ, ਇਹ ਕਿਹੜੇ ਕਿਹੜੇ ਏਰੀਏ 'ਚ ਦੁਆਣੇ ਦੀ ਕੀ ਕੰਡੀਸ਼ਨ ਹੈ ਜੀ, ਜੇ ਤੁਸੀਂ ਲਾਇਆ ਤਾਂ ਕਿੱਥੇ ਕਿਤੇ ਤੁਹਾਡੇ ਕਿਹੜੀ ਸਟੇਜ 'ਤੇ ਆ, ਅਤੇ ਤੜਾਈ ਕਦੋਂ ਸ਼ੁਰੂ ਹੋਊਗੀ, ਉਸ ਚੀਜ਼ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਅਸੀਂ ਇਹਦੀ 3 ਜਾਂ 4 ਮਈ ਤੋਂ ਤੜਾਈ ਜਿਹੜੀ ਸ਼ੁਰੂ ਕਰ ਦਾਂਗੇ।